ਆਓ ਵੀ ਮਿੱਤਰ ਅੱਜ ਲੱਗਿਆ ਵੱਢਣ ਜੀਰੀ ਸੋਣਾ ਫਿਰ ਵੜਕ ਹੈ ਕਿਉਂ ਵੀ ਅੱਟ ਕੱਟੂਗਾ ਅੱਟ ਬਾਬੇ ਅੱਜ ਪਿੱਛੇ ਟਰਾਲਾ ਪਾ ਲਿਆ ਦੇਖੋ ਫਿਰ ਲਓ ਵੀ ਬਾਬਿਓ ਆ ਗਏ ਮੋਟਰ ਤੇ ਯਾਰ ਆ ਜਾਲੀ ਵਾਲੇ ਬਿੱਡ ਦਾ ਨਜ਼ਾਰਾ ਬਹੁਤ ਆ ਨਹੀਂ ਪੱਲੀਆਂ ਖੋਲਦੇ ਬੰਨਦੇ ਮਰ ਜਾਂਦੇ ਆ ਨਾਲੇ ਬੰਦੇ ਦੇ ਮੂੰਹ ਤੇ ਗਰਦ ਪੈਂਦੀ ਆ ਰਾਤ ਅਸੀਂ ਬਿੱਡ ਲਾਇਆ ਫਿਰ ਪੈਂ ਪੱਲੀਆਂ ਨੇ ਸਾਰਾ ਮਤਲਬ ਉਹ ਕੰਮ ਕਰਤਾ ਜਿਵੇਂ ਜੀਰੀ ਵੱਡੀ ਹੁੰਦੀ ਉਹਨਾਂ ਚ ਕੰਡ ਦੀ ਪਿਛਲੇ ਸਾਲ ਵਾਲੀ ਆ ਨਜ਼ਾਰਾ ਨਾਲੇ ਪਿੱਛੇ ਦੇਖਣ ਨੂੰ ਐਨ ਜਦ ਜੀਰੀ ਨਹੀਂ ਪਾਈ ਵੀ ਹੁੰਦੀ ਨਹੀਂ ਉਹਨਾਂ ਨੂੰ ਬੰਨੋ ਸਾਲੀਆਂ ਨੂੰ ਆਉਂਦੇ ਹੋਏ ਮੰਡੀ ਚੋਂ ਬਾਕੀ ਦੇਖੋ ਛੋਟਾ ਆ ਚੁੱਕਿਆ ਥਾਂ ਪੂਰਾ ਗਿੱਲਾ ਦੇਖੋ ਕਪੈਨ ਆ ਗਿਆ ਉੱਥੋਂ ਗੇੜਾ ਉਰੇ ਤੱਕ ਵਧੀਆ ਆ ਹਾਲੇ ਤੱਕ ਬਾਕੀ ਦੇਖੋ ਟੈਂਕ ਪਾਓ ਥੋੜ੍ਹਾ ਜਿਹਾ ਕੰਮ ਸੈਟਿੰਗ ਕਰਦੇ ਅੱਜ ਪਹਿਲੇ ਦਿਨ ਚਲਾਈਏ ਕਪੈਨ ਲਓ ਵੀ ਬਾਬੇ ਟੈਂਕ ਭਰ ਗਿਆ ਪਹਿਲਾਂ ਹਾਰਨ ਮਾਰਤਾ ਗੇੜਾ ਆ ਗਿਆ ਉੱਤੇ ਦੀ ਲਓ ਵੀ ਬਾਬੇ ਪਹਿਲਾ ਟੈਂਕ ਪੈ ਰਿਹਾ ਬਾਕੀ ਆਪਾਂ ਬਕਸੇ ਦੇ ਲਿਖਾ ਦੇਣਾ ਐਤਕੀ ਕੁਛ ਪਿਛਲੀ ਵਾਰ ਕਾਲ ਹੋ ਗਈ ਸੀ ਦੱਸਿਓ ਕੀ ਲਿਖਾਈਏ ਬਕਸੇ ਤੇ ਕੁਛ ਲਿਖਾਉਣਾ ਸਾਈਡਾਂ ਤੇ ਆਪਣੇ ਯੂਟਿਊਬ ਵਾਲੇ ਚੈਨਲਾਂ ਦਾ ਨਾਂ ਲਿਖਾਉਣਾ ਇੱਕ ਸਾਈਡ ਬੈਨੀਪਾਲ ਜੱਟ ਦੇ ਇੱਕ ਸਾਈਡ ਪੰਜਾਬੀ ਫਾਰਮਰ ਲਓ ਵੀ ਬਾਬੇ ਚੱਲ ਰਿਹਾ ਕੰਮ ਹੋਰ ਫਿਰ ਕਹਿ ਵਾ ਲਓ ਜੀ ਬਾਬੇ ਉਹ ਦੋ ਟੈਂਕ ਪੈ ਚੁੱਕੇ ਨੇ ਤੇ ਹੁਣ ਆਪਾਂ ਇਹਦੀ ਹੁੱਕ ਨੀਵੀ ਕਰਾਂਗੇ ਹਾਂ ਉਹਨੂੰ ਖੋਲਾਂਗੇ ਅੱਜ ਇਹ ਖੋਲ ਦਿੰਦੇ ਆ ਘਰੇ ਜਾ ਕੇ ਹਾਂ 969 ਇਹ ਨੀ ਪ੍ਰਵਾਹ ਮੰਨਦਾ ਇਹ ਤਾਂ ਅੱਗ ਹੈ ਅੱਗ ਹੈ ਇਹ ਤਾਂ ਮਿੱਤਰੋ ਦੇਖਦੇ ਹਾਂ ਅੱਜ ਫਿਰ ਐਨ ਪੂਰੀ ਭਰ ਕੇ ਟਰਾਲੀ ਉੱਤੇ ਥੈਲੇ ਲਾ ਕੇ ਟੀਸੀ ਕੱਢ ਕੇ ਫੁੱਲ ਫਿਰ ਉਹਦੇ ਇੱਧਰ ਦੇਖ ਲਓ ਕਿੰਨੀ ਜਗ੍ਹਾ ਉੱਚੀ ਹੈ ਉਹ ਉੱਥੇ ਦੀ ਚਾੜਨਾ ਆਪਾਂ ਨੇ ਸਾਹਮਣੇ ਦੀ ਦੇਖਿਓ ਫਿਰ ਜ਼ੋਰ ਪੈਂਦੀ ਖੋਤੀ ਸੱਤਾ ਵੀ ਪਹੁੰਚਣ ਵਾਲਾ ਬਸ ਥੋੜ੍ਹਾ ਜਿਹਾ ਬਿਜੀ ਹੈ ਬਸ ਚਲੋ ਕਿਰਾਂ ਉਹ ਇਹਨੇ ਕੀ ਦਾ ਬਣਾਇਆ ਇਹ ਨਹੀਂ ਪ੍ਰਵਾਹ ਮੰਨਦਾ ਇਹਨੇ ਕੀ ਦਾ ਬਣਾਇਆ ਬਾਕੀ ਸਾਰੇ ਵੀਰ ਕਮੈਂਟ ਕਰਕੇ ਦੱਸਿਆ ਕਰੋ ਵੀ ਕਿਹੜੀ ਵਰਾਇਟੀ ਦੀ ਵਢਾਈ ਚੱਲ ਰਹੀ ਹੈ ਅਤੇ ਕੀ ਆ ਝਾੜ ਬਾਬੇ 26 ਵੱਢ ਰਹੇ ਹਾਂ ਬਹੁਤ ਸੋਹਣੀ ਜੀਰੀ ਆ ਬਹੁਤ ਜ਼ਿਆਦਾ ਅਤੇ ਅਗਲੇ ਸਾਲ ਬਹੁਤ ਜ਼ਿਆਦਾ 26 ਦੀ ਲਵਾਈ ਹੋਊਗੀ ਕਿਉਂਕਿ ਵਧੀਆ ਝਾੜ ਹੈ ਇਹਦਾ ਬਾਕੀ ਸਪਰੇਹਾਂ ਤੋਂ ਬਚਾਓ ਹੈ ਅਤੇ ਹੁਣ ਆਪਾਂ ਹੁੱਕ ਨੀਵੀਂ ਕਰ ਦਈਏ ਵੀਰੇ ਇੱਕ ਕੰਮ ਸੀ ਛੋਟਾ ਜਿਹਾ ਆਹ ਟਰਾਲੀ ਚਾਹੀਦੀ ਆ ਨੀਰਾ ਵੱਢ ਲਿਆ ਛੇਤੀ ਜੀਰੀ ਵੱਢਣੀ ਅੱਜ ਠੀਕ ਆ ਪੱਲੀਆਂ ਇਹਨੂੰ ਪੱਲੀਆਂ ਲਵਾ ਦੇ ਬਿੱਡ ਲਾ ਲਿਆ ਜੀ ਇਹਨੂੰ ਬਿੱਡ ਹਾਂ ਬਿੱਡ ਤਾਂ ਚੱਲ ਲੱਗਿਆ ਹੋਇਆ ਪੱਲੀਆਂ ਲਵਾ ਲਿਆ ਠੀਕ ਹੈ ਆ ਜਾ ਕੇ ਕਰ ਰਿਹਾ ਆਪਣਾ ਬੰਦਾ ਬਾਬੇ ਚੱਲ ਰਹੀ ਆ ਕਪੈਨ ਆਲਾ ਦਾਲਾ ਗਿਆ ਵੱਢਿਆ ਬਸ ਕਰਾ ਦੀ ਆਲੇ ਦਾਲੇ ਨੇ ਹੁਣ ਕੰਮ ਰਹਿ ਗਿਆ ਮਸ਼ੀਨ ਵਾਲੇ ਦਾ ਆਪਾਂ ਬਸ ਹੁਣ ਦਾਣੇ ਹੀ ਪਵਾਉਣੇ ਆ ਟਰਾਲੀ ਚ ਦੇਖੋ ਫਿਰ ਉਹ ਉੱਥੇ ਰੋਡ ਬਹੁਤ ਆ ਕੋਠੇ ਜਿਹੀ ਰੋਡ ਆ ਦੇਖ ਲਓ ਤੁਸੀਂ ਉਹ ਸੜਕ 'ਤੇ ਗੱਡੀ ਦੇਖੋ ਕਿੰਨੀ ਉੱਤੇ ਜਾਂਦੀ ਹੈ ਕਿਉਂ ਅਤੇ ਥੋਂ ਵੀ ਥੱਲੇ ਗਿੱਲੇ ਹੀ ਆ ਉਰੋਂ ਬਸ ਆਹ ਪਵਾ ਕੇ ਫਿਰ ਮੈਂ ਬਾਹਰੇ ਕੱਢ ਕੇ ਉੱਥੇ ਪਹੀ 'ਚ ਖੜਾ ਦੂੰਗਾ ਕਿਉਂਕਿ ਆਪਾਂ ਰਿਸਕ ਨਹੀਂ ਹੁਣ ਦਿੰਦੇ ਅੱਗੇ ਬਹੁਤ ਟਰਾਲੀਆਂ ਕੱਢਦੀਆਂ ਤੀਆਂ ਫਤਿਹ 'ਚ ਖੜਾਈ ਰੱਖਦਾ ਗੜ ਜਾਣੀ ਟਰਾਲੀ ਹੁਣ ਪਹਿਲਾਂ ਹੀ ਸਾਵਧਾਨ ਨਹੀਂ ਵਰਤ ਕੇ ਰੱਖਦੇ ਹਾਂ ਫੁੱਲ ਗਿੱਲਾ ਬਾਉਰੋਂ ਮੋੜ ਦੂੰਗਾ
औखा ही है कम सारे दस्यो कमेंट करके नू की कहंदे ने इहनू ते इहनू भी दस्यो की कहंदे ने इहनू सत्ता कहंदे ने मेरे भी ओ इहनू की कहंदे ने सत्ता इहनू की कहंदे ने ए सत्ते दा चोपर है छोटा छोटा इहदा नाम आपां भी लॉन्च करिए नहीं ओ दूए दा ही रखांगे किहड़े दा जिहड़ा ओ करना इहदा नवां लेउणा हां ए सिंपल बस इहदा खेती च रखणा ਕਦੀ ਪੈਂਦੀ ਆ ਇਧਰੋਂ ਮੈਂ ਲਾ ਲਾ ਹੈਲੀਕਾਪਟਰ ਆ ਰਿਹਾ ਹੈਲੀਕਾਪਟਰ ਸੜਕ ਤੇ ਹੋਰ ਸੜਕ ਤੇ ਉਹਦੇ ਆ ਗਿਆ ਓਏ ਉਹ ਭੈਣ ਜੋ ਕੱਡਾ ਹੈਲੀਕਾਪਟਰ ਬਾਬੇ ਕਿੱਡੇ ਕਿੱਡੇ ਸੰਦ ਉਹ ਆਉਂਦਾ ਇੱਥੋਂ ਲਗਾਈ ਉੱਤਰਦਾ ਕਿਆ ਸਾਰੀ ਉਹ ਡੋਲ ਦੇਣਗੇ ਮਿਲਾ ਜਿਹੜੇ ਹਿਸਾਬ ਨਾਲ ਆ ਰਹੇ ਨੇ ਸਾਲਿਆਂ ਨੂੰ ਗਿਆ ਨੂੰ 2 ਘੰਟੇ ਹੋ ਗਏ ਮਸਾਂ ਮੁੜ ਕੇ ਆਏ ਨੇ ਪਹੇ ਚ ਹੌਲੀ ਆਏ ਨੇ ਚੱਲ ਬਾਬੇ ਪੁਰਾਣੀ ਵੀਡੀਓ ਨੂੰ ਤੁਸੀਂ ਰਿਸਪੌਂਸ ਦਿੱਤਾ ਕੁਛ ਸਵਾਦ ਲਿਆ ਤਾਂ ਫੁੱਲ ਨਜ਼ਾਰੇ ਆ ਗਏ ਹਾਂ ਉਹ ਦੇਖੋ ਬਾਬੇ ਕਿੰਨੀ ਕਿੰਨੀ ਉੱਚੀ ਦੇਖੋ ਚੜੂਗਾ ਸਵਰਾਜ ਫਿਰ ਟਰਾਲੀ ਫੁੱਲ ਆ ਐਨ ਕਿੱਥੋਂ ਉਤਰਨੀ ਆ ਟਰਾਲੀ ਉਹਨਾਂ ਨੇ ਚੜਨੀ ਵੀ ਆ ਹਾਂ ਹਾਂ ਉਹੀ ਦੱਸਦਾ ਵੀ ਬਾਅਦ ਚ ਫਿਰ ਉਹਨਾਂ ਦੀਆਂ ਚੜਨੀਆਂ 8:50 ਵਾਲੀ ਬਾਕੀ ਉਧਰ ਕਪੈਨ ਦਾ ਟੈਂਕ ਭਰ ਕੇ ਖੜ ਗਿਆ ਦੇਖੋ ਕਿੱਥੋਂ ਉਤਰਨੀ ਆ ਉਹ ਚਾੜ ਦੂ ਇਹ ਇੱਥੇ ਦੀ ਖਾਲੀ ਨੂੰ ਚੱਲ ਲੈ ਜਾ ਟੈਂਕ ਭਰ ਕੇ ਇਹ ਦੀ ਕਰ भरोसा नहीं तेन सा चाड़ दी ओह की कहने कंधा दे कुत्तियां केड़ी ओ थल्ले वाली बड्डू साले नु फड़ के ओ ता मैं पहला खोलन दी वीडियो सी खोलन दी खोल दो खोलन दी सलाह बना ली थी पहला इनु थल्ले वाली नु खोल दो फिर मां चल तोड़ के छड़ देने खोलांगे कान भैन चोता बकरा दा बच्चा ले इदा दिमाग हिल गया ऊई गेड़े दिंदे फिर ही जांदा ओ तेल बहु महंगा का भैन चोता ओ तेल बहु महंगा ना ना उन्हें मैंने पूछा पहला आके भी दस लो खड़े ने चोटे थोड़ा कर देंगे दस्यो बाबे कमेंट करके आही बैंपर लंबा करा दी दूआ सानू वधिया लगदा ਰੂਲਾ ਬਣਾਉਣੀਆਂ ਨਹੀਂ ਆਉਂਦੀਆਂ ਮੈਂ ਤਾਂ ਦੇਖ ਲਈਆਂ ਉਹ ਸਿੱਖ ਲਾਂਗੇ ਬੰਦੇ ਰੱਖ ਲਾਂਗੇ ਉਹ ਕੱਲ ਨੂੰ ਮੈਂ ਤਾਂ ਚਿੱਟਾ ਕੁੜਤਾ ਪਜਾਮਾ ਪਾ ਕੇ ਜੀਰੀ ਵੱਡੂ ਉਹ ਭੈਣ ਚੋਦ ਰੀਲ ਤਾਂ ਜੱਦ ਦੀ ਆਉਂਦੀ ਨਹੀਂ ਐ ਲੱਗਦਾ ਜਿਵੇਂ ਸੀਰੀ ਹੁੰਦਾ ਵਾ ਕੁਝ ਨਹੀਂ ਹੁੰਦਾ ਪੱਟੇ ਚੱਕ ਦਾਂਗੇ ਆਪਾਂ ਰੀਲ ਬਣਾਉਣ ਲਈ ਆਪਾਂ ਨੂੰ ਕੱਪੜੇ ਸੋਹਣੇ ਪਾਉਣੇ ਪਿਆ ਕਰਨਗੇ ਕੱਪੜੇ ਸੋਹਣੇ ਪਾ ਕੇ ਸਾਲਾ ਕੰਮ ਨਹੀਂ ਹੁੰਦਾ ਫਿਰ ਘਰੇ ਜੂਤ ਫਿਰੂਗਾ ਕਹਿਣਗੇ ਸਾਲੇ ਵਿਆਹ ਜਾਣਾ ਕਿ ਜੀਰੀ ਵੱਢਣੀ ਐ ਲੈ ਲਈਆ ਵੱਢੀਆ ਬਸ ਥੋੜੀ ਜੀ ਮੈਂ ਕਹਿੰਦਾ ਉਧਰੋਂ ਹੀ ਮਿੱਟੀ ਸਿੱਟ ਲਾ ਨਾ ਨਾ ਹਾਂ ਅਤੜ ਜੀ ਨਾ ਬਣ ਜੇ ਦੇਖ ਕੇ ਪਹਿਲਾਂ ਆ ਗੱਡੀ ਚੜਾ ਕੇ ਦੇਖਦੇ ਆਪਾਂ चल चक दे कम चल चल आओ सीट लिया तड़ी दे
ਬਹੁਤ ਵਧੀਆ ਬਾਬੇ ਉਹ 90 ਦੇ ਨਾਲ ਹੀ 26 ਵੈਰਾਈਟੀ ਐਨ ਪੂਰੀ ਖਤਾ ਹੋ ਗਿਆ ਕੰਮ ਖਤਾ ਬਾਬੇ ਉਹ ਭਰਦਾ 26 ਦਾ ਨਜ਼ਾਰਾ ਬਹੁਤ ਆ ਉਹ ਪਰਾਂ ਖੜੀ ਆ ਪੂਛਾ ਪਹਿਲਾਂ ਮੈਂ ਮੋਟਰ ਤੇ ਆਉਂਦਾ ਸੀ ਦੇਖ ਆਪਾਂ ਚਲੋ ਹੱਕ ਦੇ ਟਰਾਲੀਆਂ ਬਸ ਹੁਣ ਭਰ ਗਈਆਂ ਇੱਕ ਟੈਂਕ ਪਵਾ ਕੇ ਪਹਿਲਾਂ ਐਂਟਰ ਕੱਢਾਂਗੇ ਫਿਰ ਝੋਟਾ ਪਹਿਲਾਂ ਮੈਂ ਐਂਟਰ ਕਰਦਾ ਪਿੱਛੇ ਨੂੰ ਪਹਿਲਾਂ ਤੇ ਇੱਥੇ ਐਂਟਰ ਕੱਢੂਗਾ ਠੀਕ ਹੈ ਇਹਨੂੰ ਉਰੋਂ ਹੀ ਚੜਾਏਗਾ ਕਿ ਪਿੱਛੋਂ ਭਜਾ ਕੇ ਲੈ ਕੇ ਆਏਗਾ ਉਹੀ ਚੜਾਓ ਟਰਾਲੀ ਚ ਅਸੀਂ ਤਾਂ ਪਾ ਵੀ ਦਿੰਦੇ ਕੀ ਕਰੀਏ ਲਾਣੇਦਾਰ ਆ ਜਾਂਦਾ ਜਾਨੂੰ ਉਹ ਕਹਿੰਦਾ ਸਾਲੇ ਉਹ ਚ ਪਾਓ ਖਾਲੀ ਆ ਹਾਂ ਵੀਡੀਓ ਤਾਂ ਚਲੋ ਨਹੀਂ ਬਣ ਸਕੀ ਮੈਂ ਵੀਡੀਓ ਕਾਲ ਚੱਲ ਰਹੀ ਸੀ ਮਾਮੇ ਉਹਨਾਂ ਨਾਲ 53 ਦਾ ਜਾਉਂਡੀਅਰ ਗੜ ਕੇ ਦੀ 969 ਨੇ ਪਹਿਲਾਂ ਤਾਂ ਇਕੱਲੇ ਨੇ 4x4 ਨੇ ਟਰਾਲੀ ਪੱਟੀ ਆ ਇਕੱਲੇ ਨੇ ਫੁੱਲ ਭਰ ਕੇ ਜਾਉਂਡੀਅਰ ਗੜ ਗਿਆ ਤਿੰਨ ਟਰੈਕਟਰ ਮਗਰ ਨੂੰ ਪਾ ਲਏ ਸਾਲ ਨੇ ਇਕੱਲੇ ਨੇ ਖਿੱਚਤੀ ਹਲੇ ਉਹ ਖੋਲਣ ਉਹਦੇ ਵਾਲੀ ਗੱਲ ਦੱਸ ਉਹਦੇ ਗੱਲ ਦੋ ਹੈਰੋਆਂ ਪਾਉਣੀਆਂ ਨੇ ਜਿਹੜਾ ਤੂੰ ਆ ਜਾ ਮਾਰਦਾ ਉਹ ਹਟਾਉਣਾ ਇਹ ਸਾਨੂੰ ਵੀ ਗੱਲ ਖਬਰ ਪਤਾ ਲੱਗੀ ਆ ਗਈ ਕੱਲੂ ਖਾਸੇ ਵੱਢਣੇ ਨੇ ਹਾਂ ਉਹ ਅੱਜ ਸਪਰੇਅ ਕਰ ਰਹੀ ਸੀ ਉਹਦੇ ਨਾਲ ਇੱਕ ਤਾਂ ਬਾਹਲੀ ਮਾੜੀ ਹੋ ਗਈ ਆਪਣੇ ਨਾਲ ਉਹ ਕੀ ਹੋ ਗਈ ਪੂਛਾ ਜੀਰੀ ਨੇ ਕੀ ਕਰਤਾ ਕਿੱਟਾ ਨਹੀਂ ਲਿਆ ਹੈਗਾ ਯਾਰ ਬਹੁਤ ਕਿੱਲੇ ਹੋਰ ਮੇਰਾ ਤਾਂ ਮੈਂ ਸੱਤੇ ਨੂੰ ਕਿਹਾ ਸੀ ਮਾਂ ਵੀ ਦੱਸ ਕੀ ਕਰੀਏ ਚਲੋ ਦੇਖੋ ਆਪਣਾ ਬੁਲਟ 0-30-77 ਬੈਨੀਪਾਲ ਲਓ ਜੀ ਤੇਜੀ ਹੁਣ ਦਾਣੇ ਪਵਾ ਰਿਹਾ ਅਨਾਜ ਦਾ ਸਤਿਕਾਰ ਕਰਦਾ ਹੈ ਪੂਰਾ ਬਾਈ ਕਹਿੰਦਾ ਥੈਲਾ ਚੱਕ ਕੇ ਲਿਆ ਏ ਕਹਿੰਦਾ ਯਾਰ ਤੂੰ ਜਿਹੜਾ ਗਲ ਚ ਪਰਨਾ ਇਹੀ ਇਹ ਚ ਪਾ ਦੇ ਕਰਨਾ ਵੀ ਚਾਹੀਦਾ ਬਾਬੇ ਉਹ ਇਹਦੇ ਪਿੱਛੇ ਤਾਂ ਆਪਾਂ ਫਿਰਦੇ ਹਾਂ ਅਤੇ ਬਸ ਹੁਣ ਫਿਰ ਮਾਰਦੇ ਹਾਂ ਆਪਾਂ ਸਿਰਫ ਵੇਟ ਇੰਤਜ਼ਾਰ ਦੀਆਂ ਘੜੀਆਂ ਖਤਮ ਉਹ ਚ ਹੱਥ ਮਾਰਦੇ ਬਾਈ ਓਏ ਮਾਰਦੇ ਹੱਥ ਕੱਟੇ ਹੋਊਗਾ ਚੱਲ ਚੱਲ ਪਾ ਦੇ ਕਿਰਾਂ ਆ ਜਾ ਕਿਰਾਂ ਮਾਰ ਸਲਫ ਚੱਲੀਏ ਲਓ ਜੀ ਲਾ ਲਿਆ ਟਾਪ ਲੋਚ ਉਹਨੇ ਹੁਣ ਆ ਤੇਰੀ ਮਾਰ ਰੇਸ ਮਾਰ ਆਉਂਦਾ 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 ਖੁੱਤੀ ਪਾਉਂਦਾ ਆ ਗਿਆ ਇਹ ਕਾਹਨੂੰ ਦੱਬਦਾ ਇਹਨੂੰ ਤਾਂ ਪਰਵਾਹ ਨੀ ਕੋਈ
ਉੱਥੇ ਫਟ 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 ਜੀ ਕਰਕੇ ਬਸ ਧੋਏ ਦਾ ਬੰਨ ਲੈਣ ਵੀ ਸਲੈਂਸਰ ਪੂਰਾ ਬਸ ਇਹਦਾ ਇੱਕ ਬੱਗੋ ਹਾਰ ਪਾ ਲੈ ਸੱਤੇ ਵੀਰਾ ਚੜ ਗਿਆ ਸੀ ਗੇੜਾ ਤੇ ਦਬ ਗਿਆ ਸੀ ਓਏ ਇਹੀ ਤਾਂ ਖਾਸੀਅਤ ਹੈ ਤੇ ਇੱਕ ਹੋਰ ਅਕਤ ਨਹੀਂ ਨਾ ਦਬਦੇ ਇਹ ਤਾਂ ਮਰਦਾ ਮਰਦਾ ਚੜਿਆ ਸਾਰਾ ਹੀ ਬਾਜਨ ਨਹੀਂ ਨਹੀਂ ਹੋਰ ਟੱਟ ਦਾ ਗੇਅਰ ਬਦਲਣਾ ਪੈ ਜਾਂਦਾ ਨਹੀਂ ਟਾਈਮ ਤੇ ਕੀ ਬੈਠਾ ਵੀ ਸੱਤਾ ਦੀ ਸੱਤੇ ਨਾਲ ਦਬਦਾ ਹੀ ਨਹੀਂਗਾ ਸਲਿੱਪ ਨਹੀਂ ਮਾਰਦਾ ਸੱਤੇ ਜਾਂ ਸੱਤਾ ਬੈਠਾ ਹੁੰਦਾ ਚਲੋ ਓਏ ਮੈਂ ਲਾਵਾਂ ਮੂਰੇ ਚਲ ਯੂ ਟੇਕ ਮੈਨ ਕਿਨੈਕਟ ਚਲੀਏ ਫਿਰ ਚਲੋ ਆਹ ਜਿਹੜੀ ਵੜ ਕੇ ਇਹ ਚ ਆ ਨਾ ਇਹ ਹੋਰ ਚ ਕਾਹਨੂੰ ਆ ਦੇਖੋ ਬਾਬੇ ਹੁਣ ਐਂਟਰ ਰੰਗ ਕਰਤਾ ਪਹਿਲੇ ਸਲੰਸਰ ਨਾਲ ਮਗਰਾਟਾ ਨੂੰ ਨਾਲੇ ਐਰ ਕਲੀਨਰ ਨੂੰ ਆਉਂਦਾ ਗੂੰਜ ਅਰੇ ਇਸ ਦਾ ਬੜਾ ਨਜ਼ਾਰਾ ਬਾਬੇ ਉਹ ਕੱਲੂ ਆ ਵੱਢਣੀ ਆ ਜੀਰੀ ਗਿਰੀ ਹੋਈ ਆ ਸਾਰੀ ਉਹ ਅਬੇ ਉਹ ਹੁਣ ਆਪਾਂ ਚੋ ਬੀ ਨੂੰ ਥੈਲੇ ਭਰਨੇ ਨੇ ਚਾਰ ਪੰਜ ਛੱਬੀ ਦੇ ਐਤਕੀ ਤੁਹਾਨੂੰ ਪਤਾ ਵੀ ਜਿਵੇਂ ਅੱਧੀਆਂ ਜੀਰੀਆਂ ਨਿਸਰੀਆਂ ਨਹੀਂ ਹੈਗੀਆਂ ਹਨਾ ਬਹੁਤ ਕੁਝ ਹੋ ਸਕਦਾ ਇਹ ਜਿਵੇਂ ਆਪਣੀ ਛੱਬੀ ਦਾ ਬੀਜ ਬੈਂਕ ਚ ਮਿਲੂਗਾ ਜਿਵੇਂ ਆਪਣੀ ਨਸਲ ਕੁਸ਼ੀ ਕਰਦੇ ਨੇ ਉਕਣੇ ਬੀਜਾਂ ਦੀ ਨਸਲ ਕੁਸ਼ੀ ਕਰਦੇ ਨੇ ਕਿਉਂਕਿ ਵੀ ਜੱਟੂ ਤਾਂ ਜੀਰੀ ਨਾਲੋਂ ਹਟਦੇ ਨਹੀਂ ਵੀ ਐਂ ਹਟਾਵਾਂਗੇ ਇਹਨਾਂ ਨੂੰ ਪੂਛਾ ਦਾ ਤਾਂ ਖਾਸ ਕਰਕੇ ਖਾਸਾ ਕੰਮ ਹੋਇਆ ਐਤਕੀ ਫਿਰ ਇਹ ਗਾਹਾਂ ਵੀ ਮਹਿੰਗਾ ਮਿਲਦਾ ਅੱਗੇ ਵੀ ਤਾਂ ਘਰੀ ਰੱਖਦੇ ਦੀ ਸੋ ਸੋ ਐਤਕੀ ਵੀ ਘਰੀ ਰੱਖੋ